ਸਤਿ ਸ਼੍ਰੀ ਅਕਾਲ ਦੋਸਤੋ, ਹਰਬਲ ਪਲਾਂਟਸ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ HS ਮੈਨਰੂ। ਅੱਜ ਦੋਸਤੋ ਆਪਾਂ ਗੱਲ ਕਰਾਂਗੇ ਸੁਹਾਂਜਣੇ ਦੇ ਬੂਟੇ ਦੇ ਬਾਰੇ, ਜੋ ਕਿ ਬਹੁਤ ਹੀ ਗੁਣਕਾਰੀ ਹੈ, ਬਹੁਤ ਹੀ ਲਾਭਕਾਰੀ ਹੈ ਸਾਡੇ ਲਈ। ਸੁਹਾਂਜਣਾ ਨੂੰ ਇੰਗਲਿਸ਼ ਦੇ ਵਿੱਚ ਮੋਰਿੰਗੋ ਟ੍ਰੀ ਵੀ ਕਿਹਾ ਜਾਂਦਾ। ਇਸ ਦਾ ਬੋਟੈਨੀਕਲ ਨੇਮ ਹੈਗਾ ਜਿਹੜਾ ਮੋਰਿੰਗੋ ਹੈ। ਦੋਸਤੋ ਇਹ 300 ਬਿਮਾਰੀਆਂ ਨੂੰ ਖਤਮ ਕਰਨ ਦੇ ਵਿੱਚ ਸਮਰੱਥਾ ਰੱਖਦਾ ਹੈ। ਇਸ ਦੇ ਵਿੱਚ ਕੈਲਸ਼ੀਅਮ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ, ਵਿਟਾਮਿਨ ਡੀ ਬਹੁਤ ਮਾਤਰਾ ਦੇ ਵਿੱਚ ਹੈ, ਵਿਟਾਮਿਨ ਸੀ ਬੜੀ ਮਾਤਰਾ ਦੇ ਵਿੱਚ ਹੈ, ਆਇਰਨ ਅਤੇ ਹੋਰ ਬਹੁਤ ਸਾਰੇ ਤੱਤ ਇਸ ਦੇ ਵਿੱਚ ਮੌਜੂਦ ਹਨ। ਦੁੱਧ ਨਾਲੋਂ ਦੋਸਤੋ 25 ਗੁਣਾ ਜ਼ਿਆਦਾ ਇਸ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ, ਸੰਤਰੇ ਨਾਲੋਂ 20 ਗੁਣਾ ਜ਼ਿਆਦਾ ਇਸ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ, ਦਹੀਂ ਨਾਲੋਂ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਕੈਲਸ਼ੀਅਮ ਮੌਜੂਦ ਹੈ। ਸੋ ਦੋਸਤੋ ਸਾਨੂੰ ਇਹ ਯੂਜ਼ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੈ ਜਾਂ ਗੋਡਿਆਂ ਦੀ ਪ੍ਰੋਬਲਮ ਹੈ। ਇਸ ਦੇ ਵਿੱਚ ਦੋਸਤੋ ਓਮੇਗਾ 3 ਫੈਟੀ ਐਸਿਡ ਵੀ ਹੈਗਾ। ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਜਾਂ ਪੇਟ ਦੀ ਸਮੱਸਿਆ, ਉਹ ਲੋਕ ਇਸ ਨੂੰ ਯੂਜ਼ ਕਰ ਸਕਦੇ ਹਨ। ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਹ ਅਗਰ ਇਸ ਦਾ ਵਰਤੋਂ ਕਰੋ ਤਾਂ ਉਸ ਦੇ ਨਾਲ ਇਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅਨੀਮਿਕ ਪੇਸ਼ੈਂਟ ਨੇ, ਖੂਨ ਦੀ ਕਮੀ ਹੈ, ਅਤੇ ਉਹਨਾਂ ਨੂੰ ਵੀ ਬੜੀ ਜਲਦੀ ਇਹ ਕਵਰ ਕਰਦਾ ਹੈ। ਦੋਸਤੋ ਇਸ ਦਾ ਯੂਜ਼ ਕਰੋ ਅਤੇ ਆਪਣੀ ਲਾਈਫ ਨੂੰ ਬੈਟਰ ਬਣਾਓ। ਥੈਂਕ ਯੂ ਦੋਸਤੋ।